ਕੇਂਦਰ ਸਰਕਾਰ ਦੇ ਵੱਲੋਂ ਕਿਸਾਨੀ ਨਾਲ ਸੰਬੰਧਤ ਤਿੰਨ ਕਾਨੂੰਨ ਪਾਸ ਕੀਤੇ ਗਏ ਆ ਜਿਨ੍ਹਾਂ ਨੂੰ ਕਿਸਾਨਾਂ ਦੇ ਵੱਲੋਂ ਕਾਲੇ ਕਾਨੂੰਨਾਂ ਦਾ ਨਾਂ ਦਿੱਤਾ ਗਿਆ ਔਰ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਸੰਘਰਸ਼ ਜਿਹੜਾ ਉਹ ਪੂਰੇ ਕਿਸਾਨਾਂ ਦੇ ਵੱਲੋਂ ਪੂਰੇ ਭਾਰਤ ਦੇ ਵਿੱਚੋਂ ਚੱਲ ਰਿਹਾ ਤੇ ਪੂਰੇ ਸੰਸਾਰ ਦੇ ਵਿੱਚੋਂ ਕਿਸਾਨਾਂ ਨੂੰ ਇਸ ਗੱਲ ਦਾ ਸਮਰਥਨ ਮਿਲ ਰਿਹਾ ਕਿ ਜਿਹੜੇ ਕਾਲੇ ਕਾਨੂੰਨ ਹੈ ਰੱਦ ਹੋਣੇ ਚਾਹੀਦੇ ਆ ਪੰਜਾਬ ਦੇ ਵਿੱਚੋਂ ਇਹ ਸੰਘਰਸ਼ ਉਠਿਆ ਫਿਰ ਹਰਿਆਣਾ ਹਰਿਆਣੇ ਤੋਂ ਬਾਅਦ ਦਿੱਲੀ ਦੇ ਬਾਰਡਰਾਂ ਤੇ ਪਹੁੰਚਿਆ ਤੇ ਚਾਰ ਚਫੇਰਿਆਂ ਹੁਣ ਪੂਰੇ ਭਾਰਤ ਦੇ ਵਿੱਚੋਂ ਚਾਹੇ ਰਾਜਸਥਾਨ ਆ ਚਾਹੇ ਉੱਤਰਾਖੰਡ ਆ ਜੂਪੀ ਆ ਚਾਹੇ ਕੇਰਲਾ ਕਰਨਾਟਕ ਆ ਤੇ ਮਧ ਪ੍ਰਦੇਸ਼ ਆ ਮਹਾਰਾਸ਼ਟਰ ਆ ਵੱਖ-ਵੱਖ ਸਟੇਟਾਂ ਦੇ ਵਿੱਚੋਂ ਕਿਸਾਨ ਜਿਹੜੇ ਆ ਉਹ ਦਿੱਲੀ ਦੇ ਚਾਰ ਚਫੇਰੇ ਬਾਰਡਰਾਂ ਤੇ ਪਹੁੰਚੇ ਹੋਏ ਆ ਵਿਦੇਸ਼ਾਂ ਦੇ ਵਿੱਚੋਂ ਕਿਸਾਨਾਂ ਨੂੰ ਸਮਰਥਨ ਮਿਲ ਰਿਹਾ ਸਿੱਖ ਤੇ ਗੈਰ ਸਿੱਖ ਸਾਰੇ ਕਿਸਾਨ ਜਿਹੜੇ ਆ ਉਹ ਦਿੱਲੀ ਦੇ ਵਿੱਚ ਆਪਣੀ ਇਸ ਮੰਗ ਨੂੰ ਲੈ ਕੇ ਬੈਠੇ ਕੇਂਦਰ ਸਰਕਾਰ ਦੇ ਨਾਲ ਕਈ ਦੌਰ ਗੱਲਬਾਤ ਦੇ ਵੀ ਚੱਲੇ ਕਈ ਵਾਰ ਗੱਲਬਾਤ ਕਿਸਾਨ ਯੂਨੀਅਨ ਦੇ ਆਗੂਆਂ ਦੀ ਹੋ ਚੁੱਕੀ ਹੈ ਪਰ ਕਿਸੇ ਕੰਢੇ ਵੱਟੇ ਅਜੇ ਗੱਲ ਨਹੀਂ ਲੱਗੀ 26 ਤਰੀਕ ਨੂੰ ਜਦੋਂ ਗਣਤੰਤਰ ਦਿਵਸ ਮਨਾਇਆ ਜਾਂਦਾ ਭਾਰਤ ਦੇ ਵਿੱਚ ਤਾਂ ਉਸ ਵੇਲੇ ਕਿਸਾਨ ਯੂਨੀਅਨਾਂ ਦੇ ਵੱਲੋਂ ਸੱਦਾ ਦਿੱਤਾ ਗਿਆ ਕਿ ਇੱਕ ਕਿਸਾਨ ਪ੍ਰੇਡ ਵੀ ਜਿੱਥੇ ਜਵਾਨਾਂ ਦੀ ਪ੍ਰੇਡ ਨਿਕਲੇਗੀ ਉੱਥੇ ਕਿਸਾਨਾਂ ਦੀ ਇੱਕ ਟਰੈਕਟਰ ਪਰੇਡ ਜਿਹੜੀ ਉਹ ਕੱਢੀ ਜਾਵੇਗੀ ਤਾਂ ਉਸ ਵੇਲੇ ਜਿਹੜੇ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਤੁਸੀਂ ਸਾਰਿਆਂ ਨੇ ਸੁਣਿਆ ਕਿ ਉਹਨਾਂ ਨੇ ਕਿਹਾ ਕਿ ਉਸ ਦਿਨ ਜਿਹੜਾ ਹੈਗਾ ਕਿਸਾਨੀ ਦਾ ਝੰਡਾ ਜਿਹੜਾ ਉਹ ਲਾਲ ਕਿਲੇ ਤੇ ਲਹਿਰਾਇਆ ਜਾਊਗਾ ਤਾਂ 26 ਤਰੀਕ ਨੂੰ ਜਿਹੜੀ ਕਿਸਾਨ ਪਰੇਡ ਹੋਈ ਆ ਉਸ ਕਿਸਾਨ ਪਰੇਡ ਦੇ ਵਿੱਚ ਤੁਸੀਂ ਦੇਖਿਆ ਕਿ ਜਿਹੜਾ ਦਿੱਲੀ ਸਰਕਾਰ ਦੇ ਵੱਲੋਂ ਮੈਪ ਦਿੱਤਾ ਗਿਆ ਸੀ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਉਸ ਪਾਸੇ ਜਿਹੜਾ ਸੀ ਟਰੈਕਟਰ ਮਾਰਚ ਕੱਢਿਆ ਗਿਆ ਇੱਕ ਯੂਨੀਅਨ ਦੇ ਵੱਲੋਂ ਜਿਹੜਾ ਸੀ ਉਹ ਮਾਰਚ ਆਊਟਰ ਰਿੰਗ ਰੋਡ ਦੇ ਉੱਤੇ ਜਿਹੜਾ ਸੀਗਾ ਉਹ ਕੱਢਣ ਦਾ ਆਪਣਾ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਬਹੁਤ ਸਾਰੇ ਨੌਜਵਾਨਾਂ ਨੇ ਲਾਲ ਕਿਲੇ ਪਹੁੰਚ ਕੇ ਲਾਲ ਕਿਲੇ ਜਿੱਥੇ ਤਿਰੰਗਾ ਜਿਹੜਾ ਝੁਲ ਰਿਹਾ ਸੀ ਉਹ ਤਿਰੰਗੇ ਦੇ ਨੇੜੇ ਹੀ ਉੱਥੇ ਇੱਕ ਨਿਸ਼ਾਨ ਸਾਹਿਬ ਤੇ ਇੱਕ ਕਿਸਾਨੀ ਦਾ ਝੰਡਾ ਜਿਹੜਾ ਸੀ ਉਹ ਚੁਲਾ ਦਿੱਤਾ ਉਸ ਤੋਂ ਬਾਅਦ ਬੜੇ ਤਰ੍ਹਾਂ ਦੀ ਬਿਆਨਬਾਜ਼ੀ ਜਿਹੜੀ ਆ ਉਹ ਸਾਹਮਣੇ ਆਈ ਆ ਉਸ ਤੋਂ ਬਾਅਦ ਕੇਂਦਰ ਸਰਕਾਰ ਦੇ ਵੱਲੋਂ ਕਿਸਾਨ ਯੂਨੀਅਨਾਂ ਦੇ ਆਗੂਆਂ ਦੇ ਉੱਤੇ ਨੌਜਵਾਨਾਂ ਦੇ ਉੱਤੇ ਪਰਚੇ ਜਿਹੜੇ ਆ ਦਰਜ ਕਰ ਦਿੱਤੇ ਆ ਸਰਦਾਰ ਬਲਵੀਰ ਸਿੰਘ ਰਾਜੀਵਾਲ ਸਰਦਾਰ ਗਰਨਾਮ ਸਿੰਘ ਚੰਡੂਨੀ ਸ੍ਰੀ ਰਕੇਸ਼ ਟਕੈਤ ਔਰ ਹੋਰ ਬਹੁਤ ਸਾਰੇ ਕਿਸਾਨ ਯੂਨੀਅਨ ਦੇ ਆਗੂ ਉੱਥੇ ਨੌਜਵਾਨ ਦੀਪ ਸਿੱਧੂ ਤੇ ਲਖਾ ਸਿਧਾਣਾ ਜਿਨ੍ਹਾਂ ਨੇ ਨੌਜਵਾਨਾਂ ਨੂੰ ਪ੍ਰੇਰ ਕੇ ਇਸ ਮੋਰਚੇ ਦੇ ਵਿੱਚ ਲਜਾਣਾ ਕੀਤਾ ਪਿੰਡਾਂ ਦੇ ਵਿੱਚੋਂ ਵੱਖ-ਵੱਖ ਥਾਵਾਂ ਤੇ ਔਰ ਸੋਸ਼ਲ ਮੀਡੀਆ ਦੇ ਰਾਹੀਂ ਅਪੀਲਾਂ ਕਰਕੇ ਉਹਨਾਂ ਦੇ ਉੱਤੇ ਵੀ ਮੁਕਾਦਮੇ ਜਿਹੜੇ ਆ ਦਰਜ ਕੀਤੇ ਗਏ ਆ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਕੇਂਦਰ ਸਰਕਾਰ ਦੇ ਵੱਲੋਂ ਕਿਸਾਨ ਯੂਨੀਅਨ ਦੇ ਆਗੂਆਂ ਤੇ ਪਰਚਾ ਦਰਜ ਕਰਕੇ ਗੱਲਬਾਤ ਦਾ ਦੌਰ ਜਿਸ ਤਰ੍ਹਾਂ ਬੰਦ ਕਰ ਦਿੱਤਾ ਗਿਆ ਕਿਉਂਕਿ ਇੱਕ ਪਾਸੇ ਸਖਤ ਧਰਾਵਾਂ ਲਾ ਕੇ 307 ਵਰਗੀਆਂ ਧਰਾਵਾਂ ਲਾ ਕੇ ਜਿਹੜਾ ਇਹ ਗੱਲਬਾਤ ਦਾ ਦੌਰ ਬੰਦ ਕਰਨਾ ਕਿਉਂਕਿ ਜਿਹੜੇ ਪਰਚੇ ਰੱਦ ਕੀਤੇ ਆ ਜਿਨ੍ਹਾਂ ਤੇ ਪਰਚੇ ਦਰਜ ਕਰ ਦਿੱਤੇ ਉਹਨਾਂ ਨਾਲ ਗੱਲਬਾਤ ਦਾ ਦੌਰ ਕਿਵੇਂ ਚੱਲੂਗਾ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਨੌਜਵਾਨ ਲੱਖਾ ਸਿਧਾਣਾ ਦੇ ਉੱਤੇ ਨੌਜਵਾਨ ਦੀਪ ਸਿੱਧੂ ਦੇ ਉੱਤੇ ਤੇ ਹੋਰਾਂ ਤੇ ਕਿਸਾਨ ਯੂਨੀਅਨ ਦੇ ਆਗੂਆਂ ਦੇ ਉੱਤੇ ਮੁਕਾਦਮੇ ਦਰਜ ਕੀਤੇ ਗਏ ਕੇਂਦਰ ਸਰਕਾਰ ਨੂੰ ਰੱਦ ਕਰਨੇ ਚਾਹੀਦੇ ਆ ਤੁਰੰਤ ਕਿਉਂਕਿ ਇਹਨਾਂ ਨੂੰ ਰੱਦ ਕਰਕੇ ਗੱਲਬਾਤ ਦਾ ਦੌਰ ਜਿਹੜਾ ਉਹ ਜਾਰੀ ਕਰਨਾ ਚਾਹੀਦਾ ਗੱਲਬਾਤ ਦੇ ਨਾਲ ਹੀ ਮਸਲਾ ਹੱਲ ਹੋਊਗਾ ਤੇ ਲਮਕਾਉਣਾ ਵੀ ਨਹੀਂ ਚਾਹੀਦਾ ਹੁਣ ਤਾਂ ਗੱਲਬਾਤ ਪਹਿਲਾਂ ਵੀ ਬਹੁਤ ਹੋ ਚੁੱਕੀ ਆ ਕਿਸਾਨੀ ਮਸਲਾ ਜਿਹੜਾ ਉਹ ਹੱਲ ਹੋਣਾ ਚਾਹੀਦਾ ਕਾਨੂੰਨ ਜਿਹੜੇ ਉਹ ਰੱਦ ਕਰਨੇ ਚਾਹੀਦੇ ਜੋ ਕਿਸਾਨਾਂ ਦੀ ਮੰਗ ਆ ਗੱਲਬਾਤ ਦਾ ਦੌਰ ਜਿਹੜਾ ਸ਼ੁਰੂ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਇਸ ਮੁਕਦਮਿਆਂ ਨੂੰ ਰੱਦ ਕਰਕੇ ਦੂਸਰੀ ਮੈਂ ਬੇਨਤੀ ਕਰਨੀ ਚਾਹਨਾ ਕਿ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਜਿਹੜੀਆਂ ਚਾਰ ਸਫੇਰੇ ਦਿੱਲੀ ਦੇ ਬਾਰਡਰਾਂ ਤੇ ਪਹੁੰਚੀਆਂ ਹੋਈਆਂ ਨੇ ਹਜ਼ਾਰਾਂ ਟਰੈਕਟਰ ਲੱਖਾਂ ਟਰੈਕਟਰ ਜਿਹੜੇ ਉੱਥੇ ਪਹੁੰਚੇ ਹੋਏ ਆ ਬਹੁਤ ਵਧੀਆ ਪਰੇਡ ਨਿਕਲੀ ਬੜੀਆਂ ਝਾਕੀਆਂ ਨਿਕਲੀਆਂ ਲਾਲ ਕਿਲੇ ਤੇ ਝੰਡਾ ਜਿਹੜਾ ਸੀਗਾ ਉਹ ਲਹਿਰਾਇਆ ਗਿਆ ਨishan Saab ਤੇ ਕਿਸਾਨੀ ਦਾ ਝੰਡਾ ਉਦੇ ਤੇ ਬੜੀ ਤਰ੍ਹਾਂ ਤਰ੍ਹਾਂ ਦੀ ਜਿਹੜੀ ਟਿੱਪਣੀਆਂ ਨੇ ਜਿਹੜੇ ਵਿਰੋਧੀ ਲੋਕ ਉਹਨਾਂ ਨੇ ਤਾਂ ਕਰਨੀਆਂ ਹੀ ਕਰਨੀਆਂ ਸੀ ਕਈ ਆਪਣੇ ਆਗੂ ਲੋਕ ਜਿਹੜੇ ਉਹ ਟਿੱਪਣੀਆਂ ਕਰਦੇ ਮੈਂ ਸਮਝਦਾ ਇਹ ਬੜੀਆਂ ਦੁਖਦਾਈ ਆ ਐਡਾ ਵੱਡਾ ਸੰਘਰਸ਼ ਹੋਵੇ ਐਡਾ ਵੱਡਾ ਅੰਦੋਲਨ ਹੋਵੇ ਜੇ ਕੁਝ ਨੌਜਵਾਨਾਂ ਨੇ ਜਾਂ ਕੁਝ ਵੀਰਾਂ ਨੇ ਇੱਧਰ ਉੱਧਰ ਜਾ ਕੇ ਉਹ ਵੀ ਕਿਸਾਨੀ ਨਾਲ ਸੰਬੰਧਿਤ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਵਾ ਕੇਂਦਰ ਸਰਕਾਰ ਨੂੰ ਇੱਕ ਇਸ਼ਾਰਾ ਕੀਤਾ ਵਾ ਕਿ ਅਸੀਂ ਬੜੇ ਜਾਬਤੇ ਦੇ ਵਿੱਚ ਚੱਲ ਰਹੇ ਹਾਂ ਅਸੀਂ ਕੁਝ ਵੀ ਕਰ ਸਕਦੇ ਹਾਂ ਪਰ ਅਸੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਅਸੀਂ ਆਪਣੀ ਮੰਗ ਤੁਹਾਡੇ ਕੋਲ ਲੈ ਕੇ ਆਏ ਹਾਂ ਕਿ ਇਸ ਮੰਗ ਨੂੰ ਜਿਹੜਾ ਮੰਨਿਆ ਜਾਵੇ ਕਾਨੂੰਨ ਰੱਦ ਕੀਤੇ ਜਾਣ ਤੇ ਅਸੀਂ ਸੁਖੀ ਸ਼ਾਂਦੀ ਆਪਣੇ ਘਰਾਂ ਨੂੰ ਜਾਈਏ ਸਾਰੇ ਲੋਕ ਜਿਹੜੇ ਲੱਗੇ ਹੋਏ ਆ ਮੈਂ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਵੀ ਕਹਿਣਾ ਚਾਹੂੰਗਾ ਕਿ ਦੇਖੋ ਇੱਕ ਗੈਰ ਸਿੱਖ ਸ੍ਰੀ ਰਕੇਸ਼ ਟਕੈਤ ਮੈਂ ਸਮਝਦਾ ਇਸ ਵੇਲੇ ਨੈਸ਼ਨਲ ਤੌਰ ਤੇ ਉਹ ਲੀਡਰ ਉੱਭਰਿਆ ਜਿਸ ਦੀ ਜਿਸ ਨੇ ਸਾਰੀ ਜ਼ਿੰਮੇਵਾਰੀ ਨੂੰ ਕਬੂਲਿਆ ਉਹ ਭੱਜਿਆ ਨਹੀਂ ਇਸ ਗੱਲ ਤੋਂ ਉਹਨੇ ਕਿਹਾ ਵੀ ਸਾਰੀ ਜ਼ਿੰਮੇਵਾਰੀ ਮੈਂ ਕਬੂਲਦਾ ਜੋ ਕੁਝ ਹੋਇਆ ਸਾਡੇ ਸੱਦੇ ਤੇ ਲੋਕ ਆਏ ਸੀਗੇ ਜੇ ਕਿਸੇ ਨੇ ਝੰਡਾ ਚੁਲਾ ਦਿੱਤਾ ਕਿੱਡੀ ਗੱਲ ਹੈ ਕਿਸਾਨੀ ਦਾ ਝੰਡਾ ਜਾਂ ਨਿਸ਼ਾਨ ਸਾਹਿਬ ਚੁਲਾ ਦਿੱਤਾ ਇਹ ਵਿਰੋਧੀ ਲੋਕਾਂ ਨੇ ਤਾਂ ਰੌਲਾ ਪਾਉਣਾ ਹੀ ਆ ਲਾਲ ਕਿਲੇ ਤੇ ਜਿਹੜਾ ਤਿਰੰਗਾ ਝੁਲ ਰਿਹਾ ਉਹਦੇ 'ਚ ਵੀ ਤੇ ਸਾਡਾ ਸਾਰਿਆਂ ਦਾ ਬਰਾਬਰ ਦਾ ਯੋਗਦਾਨ ਬਾਕੀਆਂ ਦਾ ਬਾਕੀਆਂ ਨਾਲੋਂ ਸਿੱਖਾਂ ਦਾ ਵੱਧ ਆ 92% ਕੁਰਬਾਨੀਆਂ ਨੇ ਸਿੱਖਾਂ ਦੀਆਂ ਤੇ ਫੇਰ ਤਿਰੰਗਾ ਝੁਲਦਾ ਅੱਜ ਵੀ ਸ਼ਰਧਾਂ ਤੇ ਸਿੱਖ ਫੌਜੀ ਖੜੇ ਆ ਤਰੰਗੇ ਦਾ ਕਿਸੇ ਨੇ અપਮਾਨ ਨਹੀਂ ਕੀਤਾ ਕਿਸੇ ਸਿੱਖ ਨੇ ਤਰੰਗੇ ਦਾ ਨਾਲ ਲੈ ਕੇ ਗਏ ਸੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਸੀ ਤਰੰਗਾ ਲੈ ਕੇ ਮਾਰਚ ਕੱਢਣਾ ਕੁਝ ਜਥੇਬੰਦੀਆਂ ਨੇ ਕਿਹਾ ਨਾਲ ਕੇਸਰੀ ਝੰਡੇ ਵੀ ਕਿਸਾਨੀ ਦੇ ਝੰਡੇ ਵੀ ਲੈ ਕੇ ਚੱਲਣਾ ਤੇ ਉਹ ਲੈ ਕੇ ਗਏ ਸਾਰੇ ਤਰੰਗੇ ਦਾ ਕਿਸੇ ਨੇ અપਮਾਨ ਨਹੀਂ ਕੀਤਾ ਹੁਣ ਤੱਕ ਇੱਕ ਵੀ ਟੀਵੀ ਚੈਨਲ ਇਹ ਨਹੀਂ ਦਿਖਾ ਸਕਿਆ ਕਿ ਤਰੰਗੇ ਦਾ ਕੋਈ અપਮਾਨ ਹੋਇਆ ਤਰੰਗੇ ਦਾ ਕਿਸੇ ਕਿਸੇ ਨੇ અપਮਾਨ ਕੀਤਾ ਤਰੰਗਾ ਆਪਣੀ ਜਗ੍ਹਾ ਝੂਲ ਰਿਹਾ ਸੀ ਕਿਸਾਨੀ ਦਾ ਝੰਡਾ ਤੇ ਨਿਸ਼ਾਨ ਸਾਹਿਬ ਆਪਣੀ ਜਗ੍ਹਾ ਤੇ ਝੂਲ ਰਹੇ ਸੀਗੇ ਇਹ ਨਿਸ਼ਾਨ ਸਾਹਿਬ ਮੈਂ ਸਮਝਦਾ ਕਿਸੇ ਲਾਲਚ ਵਿੱਚ ਨਹੀਂ ਕਿਸੇ ਨੇ ਚਲਾਏ ਇਹ ਭਾਵਨਾਵਾਂ ਸੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਗਿਆ ਕੇਂਦਰ ਸਰਕਾਰ ਨੂੰ ਇਹ ਸਾਰਾ ਕੀਤਾ ਗਿਆ ਇਹ ਜਵਾਨੀ ਨੂੰ ਬਦਨਾਮ ਕਰਨਾ ਇਸ ਗੱਲ ਤੇ ਕਿਸੇ ਨੂੰ ਗਦਾਰ ਕਹਿਣਾ ਕਿਸੇ ਦੇ ਉੱਤੇ ਤੀਗਾ ਟਿੱਪਣੀ ਕਰਨੀ ਤੁਮਤਬਾਜ਼ੀ ਕਰਨੀ ਇਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਚਾਹੇ ਉਹ ਦੀਪ ਸਿੱਧੂ ਆ ਚਾਹੇ ਲੱਖਾ ਸੁਧਾਨਾਵਾ ਚਾਹੇ ਹੋਰ ਨੌਜਵਾਨ ਆ ਕਿਸੇ ਦੇ ਉੱਤੇ ਇਲਜ਼ਾਮਬਾਜ਼ੀ ਜਿਹੜੀ ਆ ਤੋਮਤਬਾਜ਼ੀ ਇਹ ਬਿਲਕੁਲ ਨਹੀਂ ਕਰਨੀ ਚਾਹੀਦੀ ਤੇ ਖਾਸ ਕਰਕੇ ਮੈਂ ਬੇਨਤੀ ਕਰੂੰਗਾ ਸਾਡੇ ਸਤਕਾਰਯੋਗ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਕਿ ਉਹਨਾਂ ਨੂੰ ਤਾਂ ਬਿਲਕੁਲ ਨਹੀਂ ਚਾਹੀਦੀ ਤੁਸੀਂ ਦੇਖੋ ਰਕੇਸ਼ ਟਕੈਤ ਜੀ ਨੇ ਇੱਕ ਵੀ ਬਿਆਨਬਾਜ਼ੀ ਉਸ ਦੇ ਖਿਲਾਫ ਨਹੀਂ ਕੀਤੀ ਉਹਨਾਂ ਨੇ ਕਿਹਾ ਸਰਦਾਰਾਂ ਨੂੰ ਬਦਨਾਮ ਕੀਤਾ ਜਾ ਰਿਹਾ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਸਾਡੇ ਜਿਹੜੇ ਆਗੂ ਨੇ ਸਤਕਾਰਯੋਗ ਉਹੀ ਇਸ ਗੱਲ ਨੂੰ ਜਿਹੜਾ ਹੈਗਾ ਉਹ ਵੱਡਾ ਈਸ਼ੂ ਬਣਾਉਣ ਉਹਨਾਂ ਨੇ ਦੇਖੋ ਸਦ ਭਾਵਨਾ ਕੇਂਦਰ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਸਦ ਭਾਵਨਾ ਰੈਲੀ ਕੱਢੀ ਆ ਤਿਰੰਗੇ ਲੈ ਕੇ ਜਿਹੜੇ ਲਾਲ ਕਿਲੇ ਤੇ ਵੀ ਗਏ ਉਹਨਾਂ ਦੇ ਕਿੰਨਿਆਂ ਕਿੰਨਿਆਂ ਦੇ ਹੱਥ ਵਿੱਚ ਤਿਰੰਗੇ ਆ ਕਿੰਨਿਆਂ ਦੇ ਹੱਥ 'ਚ ਕੇਸਰੀ ਝੰਡੇ ਆ ਕਿੰਨਿਆਂ ਦੇ ਹੱਥ ਵਿੱਚ ਕਿਸਾਨੀ ਦੇ ਝੰਡੇ ਆ ਕੋਈ ਤਿਰੰਗੇ ਦਾ ਅਪਮਾਨ ਕਿਸੇ ਨੇ ਔਰ ਜਿਹੜੇ ਅੱਜ ਕਿਹਾ ਜਾ ਰਿਹਾ ਜੀ ਉਹਨਾਂ ਨੂੰ ਰਸਤਾ ਦਿੱਤਾ ਗਿਆ ਲਾਲ ਕਿਲੇ ਤੇ ਜਾਣ ਦੇ ਮੈਂ ਸਮਝਦਾ ਕਿਸੇ ਨੇ ਕੋਈ ਰਸਤਾ ਨਹੀਂ ਦਿੱਤਾ ਜਿਸ ਤਰ੍ਹਾਂ ਰਸਤਾ 26 ਨਵੰਬਰ ਨੂੰ ਪੰਜਾਬ ਚੋਂ ਹਰਿਆਣਾ ਚ ਦਾਖਲ ਹੋਣ ਲੱਗਿਆਂ ਤੇ ਦਿੱਲੀ ਦੇ ਬਾਰਡਰਾਂ ਤੱਕ ਪਹੁੰਚਣ ਤੱਕ ਰਸਤੇ ਬਣਾਏ ਸੀ ਨੌਜਵਾਨਾਂ ਨੇ ਇਸੇ ਤਰ੍ਹਾਂ ਰਸਤੇ ਉਸ ਦਿਨ ਦਿੱਲੀ ਚ ਲਾਲ ਕਿਲੇ ਤੱਕ ਬਣਾਏ ਆ ਕਿਸੇ ਨੇ ਕੋਈ ਰਸਤਾ ਨਹੀਂ ਦਿੱਤਾ ਉਹਨਾਂ ਨੂੰ ਕੋਈ ਪਲਾਨਿੰਗ ਪ੍ਰੋਗਰਾਮ ਨਹੀਂ ਮੈਨੂੰ ਲੱਗਦਾ ਇਹ ਜਿਹੜਾ ਸੀਗਾ ਸਿੱਖ ਭਾਵਨਾਵਾਂ ਦੇ ਵਿੱਚੋਂ ਨਿਕਲਿਆ ਪ੍ਰੋਗਰਾਮ ਸੀਗਾ ਤੇ ਕਿਸਾਨ ਲੀਡਰਾਂ ਨੇ ਸੰਯੁਕਤ ਮੋਰਚੇ ਦੀ ਸਟੇਜ ਦੇ ਉੱਤੇ ਅਨਾਉਂਸ ਕੀਤਾ ਸੀ ਹੁਣ ਸਾਰੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਉਹ ਕਹਿ ਰਹੇ ਸੀ ਕਿ ਇੱਥੇ ਪ੍ਰਧਾਨ ਮੰਤਰੀ ਝੰਡਾ ਨਹੀਂ ਫਹਿਰਾਉ ਇੱਥੇ ਰਾਸ਼ਟਰਪਤੀ ਨੇ ਇੱਥੇ ਕਿਸਾਨੀ ਝੰਡਾ ਲਹਿਰਾਉਣਗੇ ਤੇ ਉਹੀ ਪ੍ਰੋਗਰਾਮ ਸੀਗਾ ਪਹਿਲਾਂ ਦਿੱਤਾ ਪ੍ਰੋਗਰਾਮ ਸੀਗਾ ਉਸੇ ਅਨਸਾਰ ਜਿਹੜਾ ਉੱਥੇ ਝੰਡਾ ਜਿਹੜਾ ਚਲਾ ਦਿੱਤਾ ਮੈਂ ਬੇਨਤੀ ਕਰਨੀ ਚਾਹੁੰਦਾ ਜਿੰਨੇ ਸਾਡੇ ਸਤਿਕਾਰਯੋਗ ਆਗੂ ਸਹਿਬਾਨ ਨੇ ਚਾਹੇ ਹਰਿਆਣੇ ਦੇ ਵਿੱਚੋਂ ਸਰਦਾਰ ਗਰਨਾਮ ਸਿੰਘ ਚੜੂਨੀ ਆ ਪੰਜਾਬ ਵਿੱਚੋਂ ਸਰਦਾਰ ਬਲਬੀਰ ਸਿੰਘ ਰਾਜੇ ਆਲਾ ਜਾਂ ਹੋਰ ਨੇ ਦੇ ਨਾਂ ਲਾਂ ਤੇ ਲਿਸਟ ਬੜੀ ਲੰਬੀ ਆ ਸਾਰੇ ਸਤਿਕਾਰਯੋਗ ਐਗੂ ਸਹਿਬਾਨ ਜਿਨ੍ਹਾਂ ਦੇ ਸੱਦੇ ਤੇ ਇਹ 26 ਤਰੀਕ ਦੀ ਪ੍ਰੇਡ ਲਈ ਲੋਕ ਆਏ ਸੀ ਸਾਰਿਆਂ ਦੀ ਜ਼ਿੰਮੇਵਾਰੀ ਕਬੂਲ ਲੈਣੀ ਚਾਹੀਦੀ ਆ ਪਾਸੇ ਨਹੀਂ ਜਾਣਾ ਚਾਹੀਦਾ ਸਾਰੇ ਸਾਡੇ ਹੀ ਭੈਣ ਭਰਾ ਨੇ ਸਾਰੇ ਜ਼ਿੰਮੇਵਾਰੀ ਉਹਨਾਂ ਦੀ ਕਬੂਲ ਕੇ ਦ੍ਰਿੜਤਾ ਦੇ ਨਾਲ ਕੇਂਦਰ ਸਰਕਾਰ ਨੂੰ ਕਹਿਣਾ ਚਾਹੀਦਾ ਕਿ ਦੇਖੋ ਅਸੀਂ بڑے ਜਾਵਤੇ ਚਾ ਅਸੀਂ ਕੇਵਲ ਆਪਣਾ ਇੱਕ ਇਸ਼ਾਰੇ ਮਾਤਰ ਝੰਡਾ ਜਿਹੜਾ ਲਹਿਰਾਇਆ ਵਾ ਕਿਸੇ ਨੇ ਕੋਈ ਭੰਨ ਤੋੜ ਨਹੀਂ ਕੀਤੀ ਕੋਈ ਮਾਰ ਕਟਾਈ ਨਹੀਂ ਕੀਤੀ ਐਡੇ ਵੱਡੇ ਇਕਾਠ ਦੇ ਵਿੱਚ ਕਿਸ ਤਰੀਕੇ ਦੇ ਨਾਲ ਦੇਖੋ ਗੈਰ ਜਿਹੜੇ ਸਿੱਖ ਉਹਨਾਂ ਨੇ ਵੀ ਲਿਖਿਆ ਕਿ ਲੱਖਾਂ ਲੋਕ ਆਏ ਹੁਣ ਇੱਕ ਵੀ ਦੁਕਾਨ ਨਹੀਂ ਲੁੱਟੀ ਗਈ ਕਿਸੇ ਦੀ ਭੈਣ ਨੂੰ ਮਾਰਾ ਨਹੀਂ ਆਖਿਆ ਕਿਸੇ ਦੁਕਾਨ ਦਾ ਸ਼ਟਰ ਨਹੀਂ ਟੁੱਟਾ ਕਿਸੇ ਦੀ ਕਾਰ ਨਹੀਂ ਤੋੜੀ ਕੁਝ ਨਹੀਂ ਕੀਤਾ ਜਿੱਥੇ ਕਿਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ ਉੱਥੇ ਜ਼ਰੂਰ ਮੜਾ ਮੋਟਾ ਜਿਹੜਾ ਟਕਰਾਇਆ ਉੱਥੇ ਹੋਇਆ ਵਾ ਉਸ ਤਰ੍ਹਾਂ ਕਿਤੇ ਕੋਈ ਟਕਰਾ ਨਹੀਂ ਹੋਇਆ ਮੈਂ ਕਿਸਾਨ ਯੂਨੀਅਨਾਂ ਦੇ ਆਗੂ ਸਹਿਬਾਨ ਬੜੇ ਹੰਡੇ ਵਰਤੇ ਆ ਉਹਨਾਂ ਨੇ ਉਮਰਾ ਹੰਡਾਈਆਂ ਨੇ ਸੰਘਰਸ਼ ਕੀਤੇ ਘੋਲ ਕੀਤੇ ਸਰਦਾਰ ਜਗਿੰਦਰ ਸਿੰਘ ਗਰਾਹਾ ਨੇ ਬੜੇ ਸਿਆਣੇ ਸੂਝਵਾਨ ਆਗੂ ਸਹਿਬਾਨ ਨੇ ਸਾਰੇ ਜਿਹੜੇ ਹੁਣ ਤੱਕ ਲੈ ਕੇ ਉੱਥੇ ਲੋਕਾਂ ਨੂੰ ਬੈਠੇ ਆਪਣੀ ਗੱਲਬਾਤ ਲੈ ਕੇ ਬੈਠੇ ਆ ਔਰ ਦੇਖੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਾਰਿਆਂ ਨੂੰ ਕਲਾਵੇ ਚ ਲੈਣਾ ਚਾਹੀਦਾ ਇਹ ਸਾਰਿਆਂ ਤੋਂ ਬਿਨਾ ਨਾ ਨੌਜਵਾਨਾਂ ਤੋਂ ਬਿਨਾ ਸਰਨਾ ਨਾ ਬਜ਼ੁਰਗਾਂ ਨਾ ਮਤਾਵਾ ਬੀਬੀਆਂ ਜਿਨੇ ਲੰਗਰ ਲੱਗੇ ਆ ਨਿਹੰਗ ਸਿੰਘ ਫੌਜਾਂ ਨੇ ਕਿਸੇ ਤੋਂ ਬਿਨਾ ਨਹੀਂ ਸਰਨਾ ਸਾਰਿਆਂ ਦੀ ਲੋੜ ਆ ਉੱਥੇ ਜਿੰਨੇ ਲੰਗਰ ਲੱਗੇ ਆ ਗੁਰੂ ਸਾਹਿਬਾਨਾਂ ਦੇ ਨਾਂ ਦੇ ਉੱਤੇ ਕਿਸਾਨੀ ਦੇ ਨਾਂ ਦੇ ਉੱਤੇ ਵਿਦੇਸ਼ਾਂ ਦੇ ਵਿੱਚੋਂ ਜਿਹੜੇ ਸਿੱਖ ਮਦਦ ਕਰ ਰਹੇ ਆ ਗੈਰ ਸਿੱਖ ਵੀ ਮਦਦ ਕਰ ਰਹੇ ਆ ਕਿਸਾਨੀ ਨੂੰ ਮਦਦ ਕਰ ਰਹੇ ਆ ਜਿਹੜੇ ਬਹੁਤੇ ਲੋਕ ਗਏ ਆ ਸਾਡੇ ਕਈ ਬਹੁਤੇ ਆਗੂਆਂ ਨੂੰ ਜੂਨੀਅਨ ਦੇ ਆਗੂਆਂ ਨੂੰ ਜਾਣਦੇ ਵੀ ਨਹੀਂ ਸੀ ਨੌਜਵਾਨਾਂ ਨੂੰ ਪ੍ਰੇਰਿਆ ਸਾਡੇ ਨਿੱਜੀ ਗਿਲੇ ਸ਼ਿਕਵੇ ਕਿਸੇ ਨਾ ਹੋ ਸਕਦੇ ਆ ਸਾਡੀਆਂ ਭਾਵਨਾਵਾਂ ਕੋਸ ਹੋ ਸਕਦੀਆਂ ਪਰ ਇਹ ਕਿਸਾਨੀ ਦਾ ਸੰਘਰਸ਼ ਆ ਇੱਥੇ ਨਿੱਜੀ ਗਿਲੇ ਸ਼ਿਕਵੇ ਬਹੁਤ ਛੋਟੇ ਆ ਨਿੱਜੀ ਗੱਲਾਂ ਬਹੁਤ ਛੋਟੀਆਂ ਰਹਿ ਜਾਂਦੀਆਂ ਜਿਹੜੀਆਂ ਸਾਡੀਆਂ ਸਟੇਟ ਪੱਧਰ ਤੇ ਕੋਈ ਇੱਥੇ ਆ ਕੇ ਤੁਸੀਂ ਨਿਬੜ ਲਿਓ ਇਹ ਹੁਣ ਪੂਰਾ ਦੇਸ਼ ਪੂਰੀ ਦੁਨੀਆ ਦੇ ਵੱਲ ਦੇਖ ਰਹੀ ਹੈ ਸੰਘਰਸ਼ ਵੱਲ ਤੇ ਸਾਰਿਆਂ ਨੂੰ ਕਲਾਵੇ ਚ ਲੈ ਕੇ ਇੱਕ ਦੂਜੇ ਨੂੰ ਖਾਲੀ ਨਾ ਛੱਡੋ ਤੁਸੀਂ ਤਾਂ ਜੇਕਰ ਨੌਜਵਾਨਾਂ ਨੂੰ ਚਾਹੇ ਦੀਪ ਸਿੱਧੂ ਆ ਚਾਹੇ ਲੱਖਾ ਸਧਾਨਾ ਚਾਹੇ ਹੋਰ ਜੇ ਉਹਨਾਂ ਨੂੰ ਪਾਸੇ ਛੱਡ ਦੋਗੇ ਉਹ ਤਾਂ ਤੁਸੀਂ ਸਰਕਾਰ ਦੇ ਤਸ਼ੱਦਦ ਦਾ ਉਹਨਾਂ ਨੂੰ ਜਿਹੜਾ ਹੈਗਾ ਸਰਕਾਰ ਦਾ ਖਾਜਾ ਬਣਾ ਰਹੇ ਹੋ ਵੀ ਇਹਨਾਂ ਦੇ ਉੱਤੇ ਜੋ ਮਰਜੀ ਤੁਸੀਂ ਜਾਤੀ ਕਰ ਲੋ ਸਾਡਾ ਕੋਈ ਵਾ ਵਾਸਤਾ ਨਹੀਂ ਬਿਲਕੁਲ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ ਤੁਹਾਨੂੰ ਇਹ ਸਮਝਣਾ ਚਾਹੀਦਾ ਇਹਨਾਂ ਨੌਜਵਾਨਾਂ ਨੇ ਕਿਵੇਂ ਨੌਜਵਾਨਾਂ ਨੂੰ ਪ੍ਰੇਰਿਆ ਕਿਵੇਂ ਪੰਜਾਬ ਦੀ ਧਰਤੀ ਹਰਿਆਣਾ ਜਾਂ ਵੱਖ-ਵੱਖ ਥਾਵਾਂ ਤੇ ਪ੍ਰੇਰ ਕੇ ਸਾਰਿਆਂ ਨੂੰ ਉੱਥੇ ਲੈ ਕੇ ਗਏ ਆ ਤੁਹਾਡਾ ਜਿੱਥੇ ਯੋਗਦਾਨ ਇਹਨਾਂ ਦਾ ਵੀ ਯੋਗਦਾਨ ਹਰ ਇੱਕ ਦਾ ਜਿੰਨਾ ਜਿੰਨਾ ਨੇ ਵੀ ਯੋਗਦਾਨ ਕਿਸੇ ਨੇ ਥੋੜਾ ਕਿਸੇ ਨੇ ਬਹੁਤਾ ਦਿੱਤਾ ਨੌਜਵਾਨਾਂ ਨੂੰ ਪ੍ਰੇਰ ਕੇ ਲਏ ਇਹਨਾਂ ਨੂੰ ਖਾਲੀ ਨਾ ਛੱਡੋ ਤੁਹਾਨੂੰ ਅੱਜ ਕਹਿਣਾ ਚਾਹੀਦਾ ਇਹ ਨਹੀਂ ਕਹਿਣਾ ਚਾਹੀਦਾ ਉਹ ਸਾਡਾ ਨਹੀਂ ਆ ਫਲਾਣਾ ਗਦਾਰ ਆ ਕਿਸੇ ਨੂੰ ਇਸ ਤਰ੍ਹਾਂ ਗਦਾਰੀ ਦੇ ਜਿਹੜੇ ਹੈਗੇ ਆ ਉਹ ਨੰ ਤਮਗੇ ਨਾ ਦੋ ਕਿਸੇ ਨੂੰ ਗਦਾਰੀ ਦੇ ਜਿਹੜੇ ਲਕਬ ਨਾ ਦੋ ਸਾਰੇ ਸਾਡੇ ਆਪਣੇ ਆ ਸੰਘਰਸ਼ ਬਹੁਤ ਵੱਡਾ ਵਾ ਇਹਦੇ ਚ ਕੋਈ ਸਰਦਾਰ ਭਗਤ ਸਿੰਘ ਵਾਂਗੂ ਕੰਮ ਕਰ ਰਿਹਾ ਜਿਸ ਤਰ੍ਹਾਂ ਆਜ਼ਾਦੀ ਦੇ ਵਾਸਤੇ ਸਰਦਾਰ ਭਗਤ ਸਿੰਘ ਕਰ ਰੇ ਇੱਕ ਪਾਸੇ ਮਹਾਤਮਾ ਗਾਂਧੀਓ ਅਹਿੰਸਾ ਨਾਲ ਕਰ ਰਹੀ ਸੀ ਇੱਕ ਪਾਸੇ ਹਿੰਸਾ ਸੀ ਇੱਕ ਪਾਸੇ ਉਹਨਾਂ ਨੇ ਅਸੈਂਬਲੀ ਚ ਬੰਬ ਸੁੱਟ ਕੇ ਆਪਣੀ ਗੱਲ ਜਿਹੜੀ ਸੀ ਪਹੁੰਚਾਈ ਸੀ ਤੁਸੀਂ ਆਊਟਰ ਰਿੰਗ ਰੋਡ ਤੋਂ ਪਾਸੇ ਮਾਰਚ ਕੱਢ ਲਿਆ ਕਿਸੇ ਨੇ ਆਊਟਰ ਰਿੰਗ ਰੋਡ ਤੇ ਕੱਢ ਲਿਆ ਕਿਸੇ ਨੇ ਲਾਲ ਕੰਡੇ ਲਾਲ ਕਿਲੇ ਤੇ ਜਾ ਕੇ ਕਿਸਾਨੀ ਦਾ ਝੰਡਾ ਲਾ ਦਿੱਤਾ ਜਾਂ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਅੱਗੇ ਨਹੀਂ ਉੱਥੇ ਲੱਗਦਾ ਜਦੋਂ ਦਿੱਲੀ ਫਤਿਹ ਦਿਵਸ ਮਨਾਇਆ ਜਾਂਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਥੇ ਨਿਸ਼ਾਨ ਸਾਹਿਬ ਚੁਲਾਇਆ ਜਾਂਦਾ ਤੇ ਉੱਥੇ ਨਿਸ਼ਾਨ ਸਾਹਿਬ ਜਿਹੜਾ ਪਹਿਲਾਂ ਵੀ ਝੂਲਦਾ ਲਾਲ ਕਿਲਾ ਇੱਕ ਬਿਲਡਿੰਗ ਆ ਬਿਲਡਿੰਗ ਦੇ ਉੱਤੇ ਜਿਹੜਾ ਹੈਗਾ ਨਿਸ਼ਾਨ ਸਾਹਿਬ ਪਹਿਲਾਂ ਵੀ ਝੂਲਦਾ ਅੱਜ ਚੁਲਾ ਦਿੱਤਾ ਖਾਲੀ ਪਏ ਪੋਲ ਦੇ ਉੱਤੇ ਚੁਲਾ ਦਿੱਤਾ ਜਾਂ ਕਿਸੇ ਗੁੰਬਜੀ ਤੇ ਬਿਨਾਂ ਤਿਰੰਗੇ ਦਾ ਨੁਕਸਾਨ ਕੀਤੇ ਬਿਨਾਂ ਤਿਰੰਗੇ ਦੀ ਬੇਅਦਬੀ ਕੀਤੇ ਇਹ ਸਾਰਾ ਕੁਝ ਜਿਹੜਾ ਵਰਤਾਰਾ ਵਰਤਿਆ ਸੋ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਅੱਜ ਸਾਰੇ ਏਕਤਾ ਚ ਆਉਣ ਦੀ ਲੋੜ ਆ ਦੇਖੋ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਰਕੇਸ਼ ਟਕਾਕ ਇਸ ਵੇਲੇ ਨੈਸ਼ਨਲ ਲੀਡਰ ਬਣ ਕੇ ਉੱਭਰਿਆ ਮੈਂ ਸਤਿਕਾਰ ਕਰਦਾ ਉਸ ਬੰਦੇ ਦਾ ਕਿ ਉਸਨੇ ਦੇਖੋ ਇੱਕ ਵਾਰੀ ਜਿਹੜਾ ਖਿੰਡਣ ਲੱਗਿਆ ਸੀਗਾ ਮੋਰਚਾ ਉਹਨੂੰ ਦੁਬਾਰਾ ਖੜਾ ਕਰ ਦਿੱਤਾ ਕਿੰਡੀ ਬਹਾਦਰੀ ਦੇ ਨਾਲ ਅੱਧੀ ਰਾਤ ਨੂੰ ਲੋਕਾਂ ਨੂੰ ਘਰਾਂ ਚੋਂ ਉਠਾ ਲਿਆ ਲੋਕ ਘਰਾਂ ਚੋਂ ਅੱਧੀ ਰਾਤ ਨੂੰ ਟੁਰ ਪਏ ਕਿ ਸਾਡੀ ਜਿਹੜੀ ਕਿਸਾਨੀ ਦੀ ਮੰਗ ਉੱਥੇ ਹੀ ਖੜੀ ਆ ਉਹਨੇ ਕਿਸ ਤਰੀਕੇ ਦੇ ਨਾਲ ਦੇਖੋ ਵੇਖੋ ਤੇ ਜਵਾਬ ਤੁਸੀਂ ਦੇਖੋ ਕਿੱਡੀ ਬੇਬਾਕੀ ਦੇ ਨਾਲ ਕਿ ਬਰਾਤ ਦੇ ਵਿੱਚ ਜੇ ਚਾਰ ਸ਼ਰਾਬੀ ਆ ਜਾਣ ਉਹਨਾਂ ਕਰਕੇ ਡੀਜੇ ਬੰਦ ਨਹੀਂ ਹੁੰਦਾ ਉਹਨਾਂ ਕਰਕੇ ਬਰਾਤ ਖਾਲੀ ਨਹੀਂ ਮੁੜ ਜਾਂਦੀ ਬਰਾਤ ਡੋਲੀ ਵਿਆਹ ਕੇ ਜਾਂਦੀ ਆ ਸੋ ਜੇ ਤੁਹਾਨੂੰ ਲੱਗਦਾ ਵੀ ਚਾਰ ਨੌਜਵਾਨਾਂ ਨੇ ਤੁਹਾਡੇ ਅਨੁਸਾਰ ਵੀ ਇੱਧਰ ਉੱਧਰ ਕੁਝ ਕਰ ਦਿੱਤਾ ਇਹਦਾ ਮਤਲਬ ਇਹ ਨਹੀਂ ਹੈ ਕਿ ਮੋਰਚਾ ਫੇਲ ਹੋ ਗਿਆ ਜਾਂ ਮੋਰਚਾ ਛੱਡ ਦਿੱਤਾ ਮੋਰਚਾ ਸਰਕਾਰ ਨਾਲ ਗੱਲਬਾਤ ਕਰਕੇ ਨੂੰ ਅੱਗੇ ਤੋਰਿਆ ਜਾਵੇ ਆਪਣੀਆਂ ਮੰਗਾਂ ਜਿਹੜੀਆਂ ਨੇ ਉਹ ਮਣਾਈਆਂ ਜਾਣ ਔਰ ਸਾਰੇ ਏਕਤਾ ਦੇ ਵਿੱਚ ਕਿਸੇ ਨੂੰ ਪਰੇ ਨਾ ਕੱਢੋ ਸਾਰਿਆਂ ਨੂੰ ਕਲਾਵੇ ਚ ਲਾਓ ਸਾਰੇ ਉਸੇ ਤਰ੍ਹਾਂ ਜਿਨ੍ਹਾਂ ਲੰਗਰ ਲਾਏ ਆ ਮੈਡੀਕਲ ਸਹੂਲਤਾਂ ਨੇ ਜਿਸ ਤਰੀਕੇ ਦੇ ਨਾਲ ਸੇਵਾ ਕਰ ਰਹੇ ਆ ਟਰੈਕਟਰ ਅੱਗੇ ਨਾਲੋਂ ਵੱਧ ਉਧਰ ਨੂੰ ਤੁਰੇ ਹੋਏ ਆ ਸਾਰੇ ਜਿਹੜੇ ਆ ਪੰਜਾਬ ਚੋਂ ਹਰਿਆਣੇ ਦੇ ਵਿੱਚੋਂ ਇਹ ਨਹੀਂ ਆ ਕੋਈ ਕਿਸੇ 'ਚ ਨਰਾਸ਼ਤਾ ਜਿਹੜੇ ਕੇਵਲ 26 ਤਰੀਕ ਦੀ ਪਰੇਡ ਵਾਸਤੇ ਗਏ ਸੀ ਉਹਨਾਂ ਨੇ ਤਾਂ ਵਾਪਸ ਆਉਣਾ ਸੀ ਉਹ ਵਾਪਸ ਆ ਗਏ ਬਾਕੀ ਹੋਰ ਗੇ ਲਾਣੋਂ ਵੀ ਵੱਧ ਜਿਹੜੇ ਆ ਉਧਰ ਨੂੰ ਤੁਰੇ ਹੋਏ ਆ ਤੇ ਖਾਸ ਕਰਕੇ ਚਾਰ ਸਫੇਰੇ ਹੀ ਹੁਣ ਗਾਜੀਪੁਰ ਵਾਲੇ ਪਾਸੇ ਦੇਖੋ ਕਿਸ ਤਰ੍ਹਾਂ ਖੜ ਆਇਆ ਪਿਆ ਸੰਗਤਾਂ ਦਾ ਕਿੰਨੀਆਂ ਸੰਗਤਾਂ ਉਧਰ ਗਈਆਂ ਸੋ ਮੈਂ ਕਹਿਣਾ ਚਾਹੁੰਨਾ ਕਿ ਜਿਹੜੇ ਪਰਚੇ ਰੱਦ ਕਰਾਉਣੇ ਚਾਹੀਦੇ ਆ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਸਾਡੇ ਲੋਗ ਉਥੇ ਬੇਕਸੂਰ ਕੁੱਟੇ ਗਏ ਆ ਜਿਹੜੇ ਬੇਕਸੂਰ ਫੜੇ ਗਏ ਆ ਉਹਨਾਂ ਨੂੰ ਛਡਵਾਉਣਾ ਚਾਹੀਦਾ ਜੂਨੀਅਨਾਂ ਨੂੰ ਸਾਡੇ ਆਗੂਆਂ ਨੂੰ ਉਸ ਪਾਸੇ ਧਿਆਨ ਦੇਣਾ ਚਾਹੀਦਾ ਮੈਂ ਬੇਨਤੀ ਕਰਨੀ ਚਾਹੁੰਨਾ ਮੇਰੇ ਨਾਲੋਂ ਸਿਆਣੇ ਨੇ ਪੀ ਉਹ ਜਿਹੜੇ ਫੜੇ ਗਏ ਉਹਨਾਂ ਦੀ ਗੱਲ ਕਰੋ ਜਿਨ੍ਹਾਂ ਤੇ ਤਸ਼ੱਦਦ ਹੋਇਆ ਉਹਨਾਂ ਦੀ ਗੱਲ ਕਰੋ ਵੀ ਇਹ ਤੱਕਾ ਨਾ ਹੋਵੇ ਗੱਲਬਾਤ ਦਾ ਦੌਰ ਚੱਲ ਰਿਹਾ ਕੇਂਦਰ ਸਰਕਾਰ ਦੇ ਨਾਲ ਤੇ ਕੇਂਦਰ ਸਰਕਾਰ ਇਹ ਕਿਸਾਨ ਯੂਨੀਅਨ ਦੇ ਆਗੂਆਂ ਤੇ ਨੌਜਵਾਨਾਂ ਤੇ ਜਿਹੜੇ ਝੂਠੇ ਪਰਚੇ ਦਰਜ ਕੀਤੇ ਇਹਨਾਂ ਨੂੰ ਰੱਦ ਕੀਤਾ ਜਾਵੇ ਰੱਦ ਕਰਕੇ ਉਹਨਾਂ ਨਾਲ ਗੱਲਬਾਤ ਜਿਹੜੀ ਤੋਰ ਕੇ ਇਹਦਾ ਮਸਲੇ ਦਾ ਹੱਲ ਕੱਢਿਆ ਜਾਵੇ ਕਿਉਂਕਿ ਜਿੰਨਾ ਚਿਰ ਇਸ ਮਸਲੇ ਦਾ ਹੱਲ ਨਹੀਂ ਨਿਕਲਦਾ ਮੈਂ ਸਮਝਦਾ ਇਹ ਅੰਦੋਲਨ ਨੂੰ ਕਿਸੇ ਤਰੀਕੇ ਨਾਲ ਵੀ ਖਤਮ ਨਹੀਂ ਕੀਤਾ ਜਾ ਸਕਦਾ ਇਹਨੂੰ ਇਸ ਤਰੀਕੇ ਨਾਲ ਦਬਾਇਆ ਨਹੀਂ ਜਾ ਸਕਦਾ ਵਾਹਿਗੁਰੂ ਅਕਾਲ ਪੁਰਖ ਕਿਰਪਾ ਕਰੇ ਅਮਨ ਸ਼ਾਂਤੀ ਸ਼ੋਕ ਸ਼ਾਂਤੀ ਦੇ ਨਾਲ ਇਹਦਾ ਹੱਲ ਜਿਹੜਾ ਉਹ ਨਿਕਲੇ ਤੇ ਜਿਹੜਾ ਮੋਰਚਾ ਚੜ੍ਹਦੀ ਕਲਾ ਦੇ ਨਾਲ ਸਮਾਪਤ ਹੋਵੇ ਮੈਂ ਹੀ ਬੇਨਤੀ ਕਿਸਾਨ ਯੂਨੀਅਨ ਦੇ ਆਗੂ ਸਹਿਬਾਨਾਂ ਨੂੰ ਕਰਨੀ ਚਾਹੁੰਨਾ ਕੇਂਦਰ ਸਰਕਾਰ ਨੂੰ ਅਪੀਲ ਕਰਨੀ ਚਾਹੁੰਨਾ ਕਿ ਉਹ ਪਰਚਿਆਂ ਨੂੰ ਰੱਦ ਕਰਕੇ ਗੱਲਬਾਤ ਦਾ ਦੌਰ ਜਾਰੀ ਕਰੇ ਗੱਲਬਾਤ ਅੱਗੇ ਤੁਰੇ ਤੇ ਮਸਲੇ ਦਾ ਹੱਲ ਨਿਕਲੇ ਤੇ ਜਿਹੜੇ ਮੁਕਾਦਮੇ ਦਰਜ ਕੀਤੇ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਯੂਨੀਅਨਾਂ ਦੇ ਆਗੂ ਸਾਰਿਆਂ ਨੂੰ ਕਲਾਵੇ 'ਚ ਲੈਣ ਕਿਸੇ ਨੂੰ ਇਦਾਂ ਵੱਖਰਾ ਨਾ ਕੱਢਿਆ ਜਾਵੇ ਕਿ ਕੋਈ ਤਸ਼ੱਦਦ ਦਾ ਸ਼ਿਕਾਰ ਇਹ ਜਿਹੜੇ ਤਖੱਲਸ ਦਿੱਤੇ ਜਾਂਦੇ ਲਕਬ ਦਿੱਤੇ ਜਾਂਦੇ ਆ ਇਹ ਤਾਂ ਜਿਹਨੂੰ ਮਰਜ਼ੀ ਜਦੋਂ ਮਰਜ਼ੀ ਦੇ ਲਵੋ ਪਰ ਇਹਨਾਂ ਗੱਲਾਂ ਦਾ ਹੱਲ ਨਹੀਂ ਆ ਹਰ ਬੰਦਾ ਆਪਣਾ ਯੋਗਦਾਨ ਪਾ ਰਿਹਾ ਇਸ ਵਿੱਚ ਸਾਰੇ ਕਿਸਾਨੀ ਨਾਲ ਜੁੜੇ ਆ ਜਿਹੜਾ ਕੋਈ ਇਸ ਮਸਲੇ ਦੇ ਖਿਲਾਫ ਮੰਦ ਭਾਵਨਾ ਨਾਲ ਕੰਮ ਕਰੂਗਾ ਉਹਨੂੰ ਵਾਹਿਗੁਰੂ ਅਕਾਲ ਪੁਰਖ ਸੱਚਾ ਪਾਤਸ਼ਾਹ ਆਪ ਨਿਬੜੂਗਾ ਇਸ ਕਰਕੇ ਸਾਰਿਆਂ ਨੂੰ ਸ਼ੁਭ ਭਾਵਨਾ ਦੇ ਨਾਲ ਇਸ ਦਾ ਦੇਸ਼ ਦੇ ਵਿੱਚ ਜਿਹੜਾ ਕਿਸਾਨੀ ਦਾ ਮਸਲਾ ਕਿਉਂਕਿ ਅਵਾਨੀਆਂ ਅਡਾਨੀਆਂ ਦੇ ਨਾਲ ਜਿਹੜੀ ਲੜਾਈ ਆ ਕਿ ਅਬਾਨੀ ਅਡਾਨੀ ਸਾਡੀਆਂ ਜ਼ਮੀਨਾਂ ਦੇ ਕਾਬਜ ਨਹੀਂ ਹੋਣਗੇ ਕਿਸਾਨਾਂ ਦੀਆਂ ਜ਼ਮੀਨਾਂ ਨੇ ਕਿਸਾਨ ਹੀ ਇੱਥੇ ਖੇਤੀ ਕਰਨਗੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਮੈਨੂੰ ਪੂਰੀ ਆਸ ਆ ਕਿ ਸਾਰੇ ਨੌਜਵਾਨ ਵੀਰ ਕਿਸਾਨ ਜੁਨੀਅਨਾਂ ਦੇ ਆਗੂ ਜਿਹੜੇ ਆ ਉਹ ਜ਼ਰੂਰ ਇਸ ਬੇਨਤੀ ਨੂੰ ਪ੍ਰਵਾਨ ਕਰਨਗੇ ਤੇ ਕੇਂਦਰ ਸਰਕਾਰ ਨੂੰ ਅਪੀਲ ਆਗੇ ਸੁਣਨਾ ਨਾ ਸੁਣਨਾ ਉਹਨਾਂ ਦੀ ਮਰਜ਼ੀ ਆ ਕਿ ਉਹਨਾਂ ਨੂੰ ਤੁਰੰਤ ਇਹ ਕੇਸ ਰੱਦ ਕਰਨੇ ਚਾਹੀਦੇ ਜਿਹੜੇ ਫੜੇ ਗਏ ਸੇਖਾ ਉਹ ਰਿਹਾ ਕਰਨੇ ਉਹਨਾਂ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਆ ਜਿਹੜੇ ਫੜੇ ਹੋਏ ਆ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ day.